बहुत सारे साढ़े पिंड तो जो प्रवास कर गए लोग वो जो फिर पिंड ने वापसी की है। पिंड बहुत वधिया काम होया जी। तो मैं रेलवे सर्विस करता सी, पहला मैं शहर ही रहिंदा सी, जो पिंड का माहौल देखा तो फिर मैं पिंड च आया। इस समुचे पिंड जिहड़ा गंदा पानी है और ये पानी नूं सोध के इत्थों लगभग 25 to 30 एकड़ जिहड़ी खेती है उहदी सिंचाई इस पानी तों हो रही है। हरेक घर दे विच दो दो डस्टबिन दित्ते गए है और कूड़े नूं इक पिंड दे विच पा के डीकंपोज विधि दे राहीं उहदे तों जिहड़ी है उह खाद तैयार कीती जांदी है। आ जिस जगह पर आप खड़े हैं इतने 20-20 फुट जी गार होंगी सी, कूड़ा करकट गंदगी का कारण मक्खी मच्छर सप्प हर एक चीज़ बच्चे हो 10 मिनटों में आ जाने सारी दिन खेलते हैं, इतने भंगूड़े लगे ने शाम को जो बजुर्ग ने वो पार्क के आले दुआले सैर करते हैं। इस सारे प्रोजेक्ट देखते हुए जी भारत सरकार वालों इस पिंड में जरा स्वस्थ सुजन शक्ति अवार्ड दिता गया। महिलावान तीन महिलावान ने दो पुरुष ने, अगे जो भी जो बन गए गाड़ी बने तो स्टेडियम बनावाने। कहन सुन तो बाद की गल कोई शब्द नहीं है। ਸਾਨੂੰ ਅਵਾਰਡ 2023 'ਚ ਮਿਲਿਆ, ਸੁੱਜਣ ਸ਼ਕਤੀ ਅਵਾਰਡ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਜੀ। ਅਤੇ ਅਸੀਂ ਪਿੰਡ ਵਿੱਚ ਜੋ ਵੀ ਪਿੰਡ ਵਿੱਚ ਕੰਮ ਹੋਏ ਆ ਤਾਂ ਉਹਨਾਂ ਦਾ ਮਾਣ ਸਦਕਾ ਸਾਨੂੰ ਮਾਣ ਵਧਾਇਆ ਗਿਆ ਸਾਡੇ ਪਿੰਡ ਦਾ। ਅਤੇ ਪਿੰਡ ਵਿੱਚ ਅਸੀਂ ਛੱਪੜ ਬਹੁਤ ਗੰਦਾ ਸੀ ਸਾਡੇ ਪਿੰਡ ਦਾ, ਉਹਨੂੰ ਅਸੀਂ ਪੱਕਾ ਕਰਕੇ ਅਸੀਂ ਬ੍ਰਿਜ ਪਾ ਕੇ ਅਸੀਂ ਫਸਲਾਂ ਤੱਕ ਪਾਣੀ ਮੁਹੱਈਆ ਕਰ ਦਿੱਤਾ। ਉਹ ਸੋਲਡ ਵੇਸਟ ਲਗਾਇਆ ਗਿਆ ਇਹ ਕੂੜੇ ਕਰਕਟ ਵਾਸਤੇ, ਅਤੇ ਉੱਤੋਂ ਜੋ ਵੀ ਖਾਦ ਤਿਆਰ ਕੀਤੀ ਜਾਂਦੀ ਆ ਉਹ ਬਾਗ ਬਗੀਚੀਆਂ ਵਾਸਤੇ ਬਹੁਤ ਵਧੀਆ ਹੈ। ਤਾਂ ਪਿੰਡ ਵਿੱਚ ਇੱਕ ਪਾਰਕ ਬਣਾਈ ਗਈ ਆ ਬੱਚਿਆਂ ਅਤੇ ਬਜ਼ੁਰਗਾਂ ਵਾਸਤੇ ਬੈਠਣ ਵਾਸਤੇ, ਬੱਚੇ ਖੇਡਦੇ ਨੇ ਆਨੰਦ ਮਾਣਦੇ ਨੇ। ਔਰ ਇੱਕ ਮਿੰਨੀ ਜੰਗਲ ਲਗਾਇਆ ਹੈ ਪਿੰਡ ਵਿੱਚ, ਜੋ ਵੇਸਟ ਪਾਣੀ ਇਸ ਮਿੰਨੀ ਜੰਗਲ ਵਿੱਚ ਵੀ ਜਾ ਰਿਹਾ ਹੈ। ਤਾਂ ਪਿੰਡ ਵਿੱਚ ਸੀਵਰੇਜ ਪਾ ਕੇ ਗਲੀਆਂ ਨਾਲੀਆਂ ਹੀ ਸਾਰੀਆਂ ਕੰਪਲੀਟ ਕਰ ਦਿੱਤੀਆਂ। ਲੋਕਾਂ ਦਾ ਬਹੁਤ ਸਹਿਯੋਗ ਰਿਹਾ, ਦੂਰੋਂ ਦੂਰੋਂ ਲੋਕ ਪੰਚਾਇਤਾਂ ਵੇਖਣ ਆਉਂਦੀਆਂ ਰਹੀਆਂ, ਅਤੇ ਉਹ ਜਾ ਕੇ ਆਪਣਾ ਪਿੰਡ ਦਾ ਵੀ ਗਲੀਆਂ ਨਾਲੀਆਂ ਦਾ ਸੀਵਰੇਜ ਪਾ ਕੇ ਜੋ ਛੱਪੜ ਦਾ ਵੀ ਕੰਮ ਕਰਾ ਰਹੇ ਨੇ ਅਤੇ ਵਧੀਆ ਕੰਮ ਹੋ ਰਿਹਾ। ਤੁਹਾਡੇ ਪਿੰਡ 'ਚ ਮਹਿਲਾਵਾਂ ਪਤਾ ਲੱਗਾ ਪੰਚ ਜ਼ਿਆਦਾ ਨੇ ਪਿੰਡ 'ਚ, ਤੁਹਾਨੂੰ ਮਹਿਲਾਵਾਂ ਵੱਲੋਂ ਜਾਂ ਪਰਿਵਾਰ ਵੱਲੋਂ ਸਹਿਯੋਗ ਕਿੱਦਾਂ ਮਿਲਿਆ ਪੈਂਦਾ? ਮਹਿਲਾਵਾਂ ਵੱਲੋਂ ਵੀ ਬਹੁਤ ਸਹਿਯੋਗ ਰਿਹਾ, ਨਾਲ ਹੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਬੀਬੀਆਂ ਨੇ ਸਾਥ ਦਿੱਤਾ ਅਤੇ ਪਿੰਡ ਸਾਰੇ ਨੇ ਸਹਿਯੋਗ ਦਿੱਤਾ ਭੈਣ ਭਰਾਵਾਂ ਨੇ। ਪੰਚਾਇਤ ਵਾਲਾ ਤੁਹਾਡੇ 'ਚ ਮੈਂਬਰ ਜ਼ਿਆਦਾ ਮਹਿਲਾਵਾਂ ਹੀ ਨੇ ਪਿੰਡ 'ਚ? ਹਾਂਜੀ ਹਾਂਜੀ, ਮਹਿਲਾਵਾਂ ਨੇ, ਤਿੰਨ ਮਹਿਲਾਵਾਂ ਨੇ, ਦੋ ਪੁਰਸ਼ ਨੇ। ਪਰਿਵਾਰ ਵੱਲੋਂ ਪਿੰਡ ਵੱਲੋਂ ਪੂਰਾ ਸਹਿਯੋਗ ਮਿਲਿਆ? ਹਾਂਜੀ ਪੂਰਾ ਸਹਿਯੋਗ ਰਿਹਾ। ਹੁਣ ਅੱਗੇ ਕੀ ਕਰਨਾ ਚਾਹੋਗੇ? ਅੱਗੇ ਜੋ ਵੀ ਜੇ ਬਣ ਗਏ ਸੀ ਗਾੜੀ ਬਣੇ ਅਤੇ ਸਟੇਡੀਅਮ ਬਣਾਵਾਂਗੇ ਅਤੇ ਜੋ ਕੋਈ ਰਹਿੰਦਾ ਹੋਰ ਕੰਮ ਹੋਏਗਾ ਕਰਾਂਗੇ। 2018 ਦੇ ਵਿੱਚ ਗ੍ਰਾਮ ਪੰਚਾਇਤ ਪੇਰੂਸ਼ਾ ਦਾ ਗਠਨ ਹੋਇਆ ਸੀਗਾ ਔਰ 2019 ਦੇ ਵਿੱਚ ਅਸੀਂ ਇਹ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਤਿਆਰ ਕੀਤਾ ਗਿਆ ਔਰ ਇਹ ਸਮੁੱਚੇ ਪਿੰਡ ਦੇ ਜਿਹੜਾ ਗੰਦਾ ਪਾਣੀ ਹੈ ਉਹਨੂੰ ਜ਼ਮੀਨ ਦੋਜ ਕਰਕੇ ਸੀਵਰੇਜ ਪਾ ਕੇ ਇਸ ਟ੍ਰੀਟਮੈਂਟ ਦੇ ਵਿੱਚ ਲਿਆਂਦਾ ਗਿਆ ਔਰ ਇਹ ਪਾਣੀ ਨੂੰ ਸੋਧ ਕੇ ਇੱਥੋਂ ਹੁਣ ਲਗਭਗ 25 to 30 ਏਕੜ ਜਿਹੜੀ ਖੇਤੀ ਆ
ਉਹਦੀ ਸਿੰਚਾਈ ਇਸ ਪਾਣੀ ਤੋਂ ਹੋ ਰਹੀ ਹੈ। ਔਰ ਸੈਕਿੰਡ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹ ਬੜੀ ਵੱਡੀ ਸਮੱਸਿਆ ਸਾਰੇ ਪਿੰਡ ਵਾਸਤੇ। ਉਹਦੇ ਵਾਸਤੇ ਇੱਕ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਇਆ ਔਰ ਜਿਹਦੇ ਵਿੱਚ ਸਾਰੇ ਪਿੰਡ ਦਾ ਗਿੱਲਾ ਕੂੜਾ ਜਿਹੜਾ ਆਉਂਦਾ ਹਰੇਕ ਘਰ ਦੇ ਵਿੱਚ ਦੋ ਦੋ ਡਸਟਬਿਨ ਦਿੱਤੇ ਗਏ ਆ ਔਰ ਉਹ ਸਾਡਾ ਕੂੜਾ ਜਿਹੜਾ ਵੇਸਟ ਕਲੈਕਟਰ ਆ ਰੋਜ਼ਾਨਾ ਘਰਾਂ ਦੇ ਵਿੱਚ ਉਹ ਕੂੜਾ ਲੈ ਕੇ ਆਉਂਦਾ ਔਰ ਉਹ ਕੂੜੇ ਨੂੰ ਇੱਕ ਪਿੰਡ ਦੇ ਵਿੱਚ ਪਾ ਕੇ ਡੀਕੰਪੋਜ ਵਿਧੀ ਦੇ ਰਾਹੀਂ ਉਹਦੇ ਤੋਂ ਜਿਹੜੀ ਆ ਉਹ ਖਾਦ ਤਿਆਰ ਕੀਤੀ ਜਾਂਦੀ ਹੈ ਔਰ ਉਹ ਖਾਦ ਜਿਹੜੀ ਆ ਉਹ ਅੱਗੋਂ ਅਸੀਂ ਔਰਗੈਨਿਕ ਖਾਦ ਜਿਹੜੀ ਸੇਲ ਕਰ ਰਹੇ ਹਾਂ। ਇਸ ਉਹ ਸਾਰੇ ਪ੍ਰੋਜੈਕਟਾਂ ਦੇਖਦੇ ਹੋਏ ਜਿਹੜੀ ਭਾਰਤ ਸਰਕਾਰ ਉਹਦੇ ਵੱਲੋਂ ਇਸ ਪਿੰਡ ਨੂੰ ਜਿਹੜਾ ਸਵੱਛ ਸੁਜਲ ਸ਼ਕਤੀ ਅਵਾਰਡ ਦਿੱਤਾ ਗਿਆ ਜਿਹੜਾ ਪੰਜਾਬ ਦੇ ਵਿੱਚ ਇੱਕ ਹੀ ਪੰਚਾਇਤ ਨੂੰ ਮਿਲਿਆ ਉਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਅਤੇ ਉਸ ਕਾਰਨ ਹੁਣ ਆਲੇ ਦੁਆਲੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਖ ਵੱਖ ਪਿੰਡਾਂ ਤੋਂ ਵੱਖ ਵੱਖ ਬਲਾਕਾਂ ਤੋਂ ਲੋਕ ਜਿਹੜੇ ਆ ਇਹ ਮਾਡਲ ਨੂੰ ਦੇਖਣ ਆਉਂਦੇ ਆ ਅਤੇ ਉਹਦੇ ਨਾਲ ਜਿੱਥੇ ਸਾਡੇ ਪਿੰਡ ਦਾ ਤਾਂ ਭਲਾ ਹੋਇਆ ਹੀ ਆ ਅਤੇ ਹੋਰ ਪਿੰਡ ਵੀ ਇਹਦੇ ਤੋਂ ਫਾਇਦਾ ਲੈ ਰਹੇ। ਨਮੂਨੇ ਦਾ ਪਿੰਡ ਬਣਿਆ ਤੁਹਾਡਾ ਇਲਾਕੇ 'ਚ ਮਾਣ ਵਾਲੀ ਗੱਲ ਆ? ਬਿਲਕੁਲ ਜੀ, ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਇਸ ਪੰਚਾਇਤ ਵਾਸਤੇ ਵੀ ਸਮੁੱਚੇ ਪਿੰਡ ਵਾਸਤੇ ਵੀ। ਆ ਜਿਸ ਜਗ੍ਹਾ 'ਤੇ ਆਪਾਂ ਖੜ੍ਹੇ ਹਾਂ ਇੱਥੇ 20-20 ਫੁੱਟ ਜਿਹੜੀ ਗਾਰ ਹੁੰਦੀ ਸੀਗੀ ਕੂੜਾ ਕਰਕਟ ਗੰਦਗੀ ਦਾ ਕਾਰਨ ਮੱਖੀ ਮੱਛਰ ਸੱਪ ਹਰ ਇੱਕ ਚੀਜ਼। ਔਰ ਅੱਜ ਤੁਸੀਂ ਦੇਖੋ ਵੀ ਹਰਿਆ ਭਰਿਆ ਘਾਹ ਆ, ਬੱਚੇ ਹੋਰ 10 ਮਿੰਟਾਂ ਨੂੰ ਆ ਜਾਣੇ ਆ, ਸਾਰੀ ਦਿਹਾੜੀ ਖੇਡਦੇ ਆ, ਇੱਥੇ ਭੰਗੂੜੇ ਲੱਗੇ ਨੇ, ਸ਼ਾਮ ਨੂੰ ਜਿਹੜੇ ਬਜ਼ੁਰਗ ਨੇ ਉਹ ਪਾਰਕ ਦੇ ਆਲੇ ਦੁਆਲੇ ਸੈਰ ਕਰਦੇ ਆ। ਸੋ ਇਹਦੇ ਨਾਲ ਬੜੇ ਪਿੰਡ ਵਾਸਤੇ ਇੱਕ ਬੜਾ ਵਧੀਆ ਵਾਤਾਵਰਨ ਬਣਿਆ। ਔਰ ਮੈਂ ਤੁਹਾਨੂੰ ਬੜੀ ਮਾਣ ਨਾਲ ਗੱਲ ਦੱਸਣੀ ਚਾਹੁੰਦਾ ਕਿ ਬਹੁਤ ਸਾਰੇ ਸਾਡੇ ਪਿੰਡ ਤੋਂ ਜਿਹੜੇ ਪ੍ਰਵਾਸ ਕਰ ਗਏ ਲੋਕ ਉਹ ਜਿਹੜੇ ਫਿਰ ਪਿੰਡ ਵਿੱਚ ਉਹਨਾਂ ਨੇ ਵਾਪਸੀ ਕੀਤੀ ਆ ਔਰ ਇਹ ਪਿੰਡ ਦੇ ਵਿੱਚ ਰਹਿਣਾ ਉਹ ਆਪਣੇ ਆਪ ਨੂੰ ਮਾਣ ਨਾਲ ਮਹਿਸੂਸ ਕਰਦੇ ਆ। ਜਿੱਥੇ ਲੋਕ ਪਿੰਡਾਂ 'ਚ ਜਾ ਰਹੇ ਉੱਥੇ ਲੋਕ ਪ੍ਰਵਾਸ ਵਾਪਸ ਕਰ? ਬਿਲਕੁਲ ਜੀ, ਸਾਡੇ ਦੋ ਪਰਿਵਾਰ ਪਟਿਆਲੇ ਤੋਂ ਜਿਹੜੇ ਸਾਰੀ ਉਮਰ ਪਟਿਆਲੇ ਦੇ ਵਿੱਚ ਉਹਨਾਂ ਸਰਵਿਸ ਕੀਤੀ ਆ ਉਹ ਪਰਿਵਾਰ ਜਿਹੜੇ ਇੱਥੇ ਆ ਕੇ ਰਹਿ ਰਹੇ ਆ ਮਾਣ ਮਹਿਸੂਸ ਕਰਦੇ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਿਵਾਰ ਪ੍ਰਵਾਸ ਕਰਕੇ ਗਏ ਆ ਅਤੇ ਉਹ ਵੀ ਜਿਹੜੇ ਆ ਉਹ ਪਿੰਡ ਵੱਲ ਨੂੰ ਉਹਨਾਂ ਦਾ ਧਿਆਨ ਹੈ ਅਤੇ ਉਹ ਆਉਣ ਵਾਲੇ ਸਮੇਂ 'ਚ ਅਸੀਂ ਸਮਝਦੇ ਹਾਂ ਕਿ ਉਹ ਵੀ ਇੱਥੇ ਰਹਿਣਾ ਆਪਣੇ ਵਾਸਤੇ ਮਾਣ ਵਾਲੀ ਗੱਲ ਸਮਝ ਕੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿੰਡ ਸਾਫ਼ ਸੁਥਰਾ ਆ। ਇਹ ਜਿਹੜੀਆਂ ਸਹੂਲਤਾਂ ਇੱਥੇ ਮਿਲ ਰਹੀਆਂ ਕਿ ਉਹ ਸ਼ਹਿਰਾਂ ਦੇ ਵਿੱਚ ਵੀ ਹਨ ਕਿਉਂਕਿ ਹਰੇਕ ਘਰ ਦੇ ਵਿੱਚ ਕਿਤੇ ਤੁਹਾਨੂੰ ਕੂੜਾ ਕਰਕਟ ਨਹੀਂ ਮਿਲੂਗਾ, ਸਮੁੱਚੇ ਪਿੰਡ ਦੇ ਵਿੱਚ ਤੁਹਾਨੂੰ ਪੋਲੀਥੀਨ ਨਹੀਂ ਮਿਲੂਗਾ, ਆਲੇ ਦੁਆਲੇ ਤੁਹਾਨੂੰ ਰੁੱਖ ਲੱਗੇ, ਬੂਟੇ ਲੱਗੇ, ਫੁੱਲ ਖਿੜੇ ਹੋਏ ਪਿੰਡ ਦੇ ਚਾਰ ਸਫੇਰੇ ਸਾਰੀਆਂ ਸੜਕਾਂ ਦੇ ਦੇਖਣਗੇ। ਪਿੰਡ ਦੀਆਂ ਸੜਕਾਂ ਸਾਰੀਆਂ ਜਿਹੜੀਆਂ ਕੋਈ ਕਿਸੇ ਕਿਸਾਨ ਨੇ ਬਰਮ ਨਹੀਂ ਇਸ ਵੇਲੇ ਵੱਢਿਆ, ਸਾਰਿਆਂ ਨੇ ਮਿੱਟੀ ਲਾ ਦਿੱਤੀ ਹੈ। ਆਲੇ ਦੁਆਲੇ ਜਿਹੜੀ ਫਿਰਨੀ ਹੈ ਸਾਡੀ ਉਹ ਵੀ 22 ਫੁੱਟ ਚੌੜੀ ਆ, ਫੁੱਟ ਦੋ ਫੁੱਟ ਵੱਧ ਹੀ ਹੋਊਗੀ ਘੱਟ। ਸੋ ਇੱਕ ਲੋਕਾਂ ਨੇ ਅਵੇਅਰਨੈਸ ਆਈ ਆ, ਹਰੇਕ ਵਿਅਕਤੀ ਨੇ ਸਾਥ ਦਿੱਤਾ, ਜੇ ਉਹ ਕਿਸਾਨ ਆ ਤਾਂ ਕਿਸਾਨਾਂ ਨੇ ਵੀ ਸਾਥ ਦਿੱਤਾ, ਉਹਨਾਂ ਨੇ ਸੜਕਾਂ ਨੂੰ ਚੌੜੀਆਂ ਕਰਨ ਵਾਸਤੇ ਸਾਥ ਦਿੱਤਾ, ਰੁੱਖ ਬੂਟੇ ਪਾਲਣ ਸਹਿਯੋਗ ਦੇ ਰਹੇ। ਸੋ ਇਹ ਸਾਰੇ ਪਿੰਡ ਦਾ ਹੀ ਬਹੁਤ ਵੱਡਾ ਸਹਿਯੋਗ ਆ ਅਤੇ ਸਾਰੇ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਪੇਰੋਸ਼ਾ ਪਿੰਡ ਦੇ ਵਾਸੀ ਹਾਂ। ਥੈਂਕ ਯੂ। ਪਹਿਲੀ ਗੱਲ ਤਾਂ ਮੀਡੀਆ ਵਾਲਾ ਬਹੁਤ ਬਹੁਤ ਧੰਨਵਾਦ, ਜਿਹੜਾ ਸਾਡੇ ਪਿੰਡ ਆਏ ਆ ਜੀ, ਅੱਗੇ ਵੀ ਆਉਂਦੇ ਰਹੇ, ਬਹੁਤ ਵਧੀਆ। ਅਤੇ ਬਾਕੀ ਇਹ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਪੈਸਾ ਭੇਜਿਆ ਇੱਥੇ ਬਹੁਤ ਵਧੀਆ ਕੀਤਾ ਜੀ। ਸਾਡੇ ਬਾਕੀ ਹਰਜਿੰਦਰ ਕੌਰ ਸਰਪੰਚ ਆ, ਉਹਨਾਂ ਨੇ ਸਾਰੀਆਂ ਗਲੀਆਂ ਨਾਲੀਆਂ ਸਭ ਪੱਕੀਆਂ ਕਰ ਦਿੱਤੀਆਂ ਜੀ। ਜਿਹੜਾ ਪਾਣੀ ਬਹੁਤ ਗੰਦਾ ਸੀ ਅਤੇ ਕਿਤੇ ਲੰਘਿਆ ਨਹੀਂ ਜਾਂਦਾ ਸੜਕਾਂ ਦੇ ਉੱਤੋਂ ਦੀ, ਅਤੇ ਇਹਦਾ ਸਾਰਾ ਉਹਨਾਂ ਨੇ ਸੀਵਰੇਜ ਚਾਰ ਚਫੇਰੇ ਪਿੰਡ ਦੇ ਪਾ ਕੇ ਬਹੁਤ ਪ੍ਰਬੰਧ ਕੀਤਾ। ਅਤੇ ਜੋ ਪਿੰਡ ਵਾਲੇ ਆ ਉਹਨਾਂ ਵੀ ਚਾਰ ਚਫੇਰੇ ਆਪਣੇ ਬੂਟੇ ਲਾ ਕੇ ਅਤੇ ਬਹੁਤ ਰੌਣਕ ਵਧੀ ਆ। ਜਿਹੜਾ ਬਾਹਰੋਂ ਆਉਂਦਾ ਉਹ ਵਹਿੰਦਾ ਵੀ ਇੱਥੇ ਪਿੰਡ ਪੇਰੋਸ਼ਾ, ਸਾਡਾ ਪਿੰਡ ਬਸ ਛੋਟਾ ਜਿਹਾ ਜੀ, ਬਹੁਤਾ ਵੱਡਾ ਨਹੀਂ ਆਇਆ, ਕਈਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਪੇਰੋਸ਼ਾ ਹੈ ਕਿੱਥੇ ਆਈ। ਅਤੇ ਇਸ ਕਰਕੇ ਬਹੁਤ ਸਾਫ਼ ਸੁਥਰਾ ਬਣਾਇਆ, ਗਰਾਊਂਡ ਆ, ਜਿਹੜੀ ਪਾਰਕ ਬਣਾਈ ਆ, ਸ਼ਾਮਾਂ ਨੂੰ ਇੰਨੀ ਰੌਣਕ ਹੁੰਦੀ ਬੱਚਿਆਂ ਵਾਸਤੇ, ਬਜ਼ੁਰਗਾਂ ਵਾਸਤੇ, ਸਾਰਾ ਦਿਨ ਉੱਥੇ ਰੌਣਕ ਲੱਗੀ ਰਹਿੰਦੀ ਆ। ਬਾਕੀ ਨਾ ਮਿੰਦੀ ਜੰਗਲ ਬਣਾਇਆ ਜੀ, ਬਹੁਤ ਵਧੀਆ ਉੱਥੇ ਬੂਟੇ ਬਾਟੇ ਲਾਏ ਆ, ਅਤੇ ਮੈਨੂੰ ਬਸ ਸਾਲ ਕੁ ਬਾਅਦ ਉਹਨਾਂ ਫਲ ਫੁੱਲ ਵੀ ਦੇਣ ਲੱਗਣ, ਵਿੱਚ ਫਲ ਵਾਲੇ ਵੀ ਲਾਏ ਆ। ਅਤੇ ਜਿਹੜਾ ਪਾਣੀ ਆ ਜਿਹੜਾ ਇੱਥੇ ਆਉਂਦਾ ਵਾ ਸੀਵਰੇਜ ਦਾ, ਉਹ ਲੋਕ ਖੇਤਾਂ ਨੂੰ ਲਾਉਂਦੇ ਆ ਅਤੇ ਬਹੁਤ ਵਧੀਆ ਜੀ ਉਹਨਾਂ ਦੇ ਉਪਜਾਊ ਫਸਲ ਹੋਣ ਡਈ ਆ, ਖਾਦ ਦੀ ਵੀ ਘੱਟ ਲੋੜ ਆ। ਬਾਕੀ ਇਹਨਾਂ ਨੇ ਜਿਹੜਾ ਬਣਾਇਆ ਕੂੜਾ ਕਰਕਟ, ਉਹਦੇ ਵਾਸਤੇ ਜਿਹੜਾ ਵਾ ਖਾਦ ਬਣਦੀ ਆ ਉਹ ਲੋਕ ਖੜਦੇ ਆ, ਮੁੱਲ ਖੜਦੇ ਆ, ਅਤੇ ਬਹੁਤ ਵਧੀਆ ਜੀ ਉਹ ਵੀ, ਨਹੀਂ ਤਾਂ ਕੂੜਾ ਕਰਕਟ ਸੁੱਟਣ ਨੂੰ ਜਗ੍ਹਾ ਹੀ ਨਹੀਂ ਹੈਗੀ ਕੋਈ ਵੀ। ਅਤੇ ਮੈਂ ਰੇਲਵੇ ਸਰਵਿਸ ਕਰਦਾ ਸੀ, ਪਹਿਲਾਂ ਮੈਂ ਸ਼ਹਿਰ 'ਚ ਹੀ ਰਹਿੰਦਾ ਸੀ ਅਤੇ ਜਦੋਂ ਪਿੰਡ ਦਾ ਮਾਹੌਲ ਵੇਖਿਆ ਤਾਂ ਫਿਰ ਮੈਂ ਪਿੰਡ 'ਚ ਆਇਆ ਵਾਂ, ਵੀ ਇੱਥੇ ਤਾਂ ਬਹੁਤ ਸਫਾਈ ਆ, ਸ਼ਹਿਰਾਂ ਨੂੰ ਸਫਾਈ ਆ ਬਹੁਤ ਜ਼ਿਆਦਾ, ਸਾਡੇ ਕੋਈ ਇੱਥੇ ਕਾਗਜ਼ ਤੱਕ ਨਹੀਂ ਤੁਹਾਨੂੰ ਲੱਭੇਗਾ ਵੀ ਕੀ ਹੈਗਾ ਕੀ ਨਹੀਂ, ਇੰਨੀ ਸਫਾਈ ਆ ਜੀ। ਬਾਕੀ ਜਿਹੜੇ ਲੋਕ ਆ ਪਿੰਡ ਦੇ ਲੋਕ ਨੇ ਬਹੁਤ ਸਾਥ ਦਿੰਦੇ ਆ, ਬਾਕੀ ਯਾਰ ਜਿਹੜੇ ਸਾਡੇ ਸਰਪੰਚ ਸਾਹਿਬ ਹਰਜਿੰਦਰ ਕੌਰ ਆ, ਇਹਨਾਂ 'ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਜੀ, ਬਹੁਤ ਜ਼ਿਆਦਾ, ਜਿੰਨੀ ਕਹਿ ਲਓ ਉੰਨੀ ਘੱਟ ਵਾ ਜੀ। ਅਤੇ ਬਾਕੀ ਪਿੰਡ ਵਾਲਿਆਂ ਬਹੁਤ ਸਾਥ ਦਿੱਤਾ ਜੀ, ਅਤੇ ਬਾਕੀ ਸਰਪੰਚ ਸਾਹਿਬ ਨੇ ਚਾਰ ਚਫੇਰੇ ਐਨ ਪੱਕੇ ਜੋ ਹੈਗੀਆਂ ਨਾਲੀਆਂ ਨੂਲੀਆਂ ਜੋ ਸੜਕਾਂ ਸਭ ਪੱਕੀਆਂ ਕਰ ਦਿੱਤੀਆਂ ਜੀ। ਅਤੇ ਇਸ ਕਰਕੇ ਬਹੁਤ ਬੜਾ ਸੁੰਦਰ ਬਣਾਇਆ ਜੀ। ਇੱਕ ਸਾਡੇ ਭੂਮੇ ਨੂੰ ਸੜਕ ਜਾਂਦੀ ਸੀ, ਉਹ ਜ਼ਿੰਦਗੀ ਜਿਹੀ ਬਣੀ,
ਉਹ ਇਹਨਾਂ ਪੱਕੀ ਕਰਾਤੀ ਪਿੰਡ 'ਚ ਵਾਰਡ ਮਿਲਿਆ ਪਿੰਡ 'ਚ ਲੋਕ ਟੌਰ ਨਹੀਂ ਕਹਿੰਦੇ ਬੰਦਾ ਬੜਾ ਟੌਰ ਹੈ ਜੀ ਸਾਡਾ ਸਾਡੇ ਕੋਲ ਤਾਂ ਜੇ ਚਲੋ ਵਾਰਡ ਤਾਂ ਉਹਨਾਂ ਨੂੰ ਮਿਲਿਆ ਪਰ ਸਾਡਾ ਮਾਣ ਬਹੁਤ ਉੱਚਾ ਹੋ ਗਿਆ ਜੀ ਸਾਡੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਵੀ ਬਹੁਤ ਵਧੀਆ ਪਿੰਡ ਤੁਹਾਡਾ ਵਾ ਛੋਟਾ ਜਿਹਾ ਪਿੰਡ ਇੰਨਾ ਉਪਰਾਲਾ ਕਿੱਦਾਂ ਕਰ ਗਏ ਆ ਮੈਂ ਕਿਹਾ ਜੀ ਪੜ੍ਹੇ ਲਿਖਿਆਂ ਦਾ ਪਿੰਡ ਵਾ ਅਤੇ ਇਹਨਾਂ ਦੇ ਉਪਰਾਲਾ ਤਾਂ ਇੱਦਾਂ ਦਾ ਹੋਣਾ ਹੀ ਅਤੇ ਬਾਕੀ ਇਹਨਾਂ ਦੀ ਬਹੁਤ ਦੇਣ ਆ ਜਿੰਨਾ ਇਹਨਾਂ ਚਲੋ ਬਹੁਤ ਸਰਪੰਚ ਆਏ ਪਹਿਲਾਂ ਵੀ ਕਿਸੇ ਨੇ ਕੁਝ ਨਹੀਂ ਕੀਤਾ ਜੀ ਕੀਤਾ ਚਲੋ ਜਿੰਨਾ ਕੁ ਉਹਨਾਂ ਕੀਤਾ ਜਿੰਨਾ ਕੁ ਉਹਨਾਂ ਨੂੰ ਪੈਸੇ ਮਿਲਦੇ ਰਹੇ ਆ ਇਹ ਤਾਂ ਇਹਨਾਂ ਆਪਣੇ ਕੋਲੋਂ ਪੈਸੇ ਲਾ ਕੇ ਸਾਨੂੰ ਨਹੀਂ ਪਤਾ ਵੀ ਗ੍ਰਾਂਟ ਕਿੱਥੋਂ ਲਿਆਏ ਕਿੱਥੋਂ ਨਹੀਂ ਲਿਆਏ ਆਪਣੇ ਕੋਲੋਂ ਪੈਸੇ ਲਾ ਲਾ ਇਹਨਾਂ ਕੰਮ ਕੀਤਾ ਜੀ ਕੋਈ ਇਹ ਨਹੀਂ ਖਾਣ ਵਾਲੀ ਗੱਲ ਨਹੀਂ ਹੈਗੀ